ਦੇਖੋ ਵੀਰੇ, ਅਸੀਂ ਮਕਲੋੜਗੰਜ ਆਏ ਹੋਏ ਸੀ ਤੇ ਆਹ ਦੇਖੋ ਉੱਪਰ ਝਰਨੇ ਦਾ ਕੀ ਹਾਲ ਹੋਇਆ ਹੋਇਆ। ਜਿਹੜਾ ਤੁਸੀਂ ਦੇਖਦੇ ਹੋ ਪਤਲਾ ਆ ਝਰਨਾ, ਛੋਟਾ ਆ। ਆਹ ਦੇਖੋ ਉੱਪਰ ਕੀ ਹਾਲ ਹੋ ਰਿਹਾ। ਆਹ ਸਾਹਮਣੇ ਆਪਣੇ ਬਾਈ ਹੁਣੇ ਫਸੇ ਹੋਏ ਆ, ਮੈਂ ਤੁਹਾਨੂੰ ਦਿਖਾਉਂਦਾ। ਆਹ ਬਾਈ ਹੁਣ ਦਾ ਕੋਈ ਠਿਕਾਣਾ ਨਹੀਂ, ਆਉਣ ਦਾ ਕਿਵੇਂ ਆਊਗਾ ਕਿਵੇਂ ਨਹੀਂ। ਇਸ ਕਰਕੇ ਬਾਰਿਸ਼ਾਂ ਦਾ ਟਾਈਮ ਆ, ਤੁਸੀਂ ਨਾ ਆਇਓ, ਹਿਮਾਚਲ ਵੱਲ ਆਉਂਦੇ ਹੋ ਠੀਕ ਆ, ਨੇੜੇ ਨੇੜੇ ਰਹੋ, ਦੂਰ ਜਾਇਓ ਨਾ। ਆਹ ਦੇਖ ਲਓ ਕਿੰਨਾ ਤੇਜ਼ ਹੋ ਗਿਆ ਹੁਣ, ਆਹ ਦੇਖ ਲਓ ਕਿੰਨਾ ਤੇਜ਼ ਹੋ ਗਿਆ। ਤਾਂ ਕਰਕੇ ਕਹਿੰਦਾ ਵੀਰੇ, ਜੇ ਆਉਂਦੇ ਹੋ ਪਾਣੀ ਪੁਣੀ ਵਾਲੀ ਜਗ੍ਹਾ ਤੋਂ ਦੂਰ ਰਹੋ। ਇਹ ਮਕਲੋੜਗੰਜ ਦਾ ਝਰਨਾ ਉੱਪਰ ਆਹ ਦੇਖ ਲਓ, ਇਹ ਸਾਨੂੰ ਇਸ ਵੇਲੇ ਖੜ੍ਹਨ ਤੋਂ ਡਰ ਲੱਗ ਰਿਹਾ। ਇਸ ਵੇਲੇ ਅਸੀਂ ਖੜ੍ਹੇ ਹੋਏ ਹਾਂ, ਸਾਨੂੰ ਡਰ ਲੱਗ ਰਿਹਾ। ਓਕੇ ਓ ਬਾਈ, ਧਿਆਨ ਰੱਖਿਓ ਉੱਥੇ ਠੀਕ ਆ। ਆਹ ਵੀਡੀਓ ਹੋ ਰਹੀ ਹੈ, ਵੀਡੀਓ ਤੁਹਾਡੀ ਸੇਵ ਰਿਹੋ। ਨੇੜੇ ਹੋ ਜਾਓ, ਨੇੜੇ ਨੇੜੇ ਆਇਓ, ਨੇੜੇ ਆਇਓ। ਓਕੇ ਆ, ਤਾਂ ਕਰਕੇ ਵੀਰੇ ਸਾਰਿਆਂ ਨੂੰ ਬੇਨਤੀ ਆ ਠੀਕ ਆ, ਆਓ ਘੁੰਮਣ ਲਈ, ਮਗਰ ਸੇਫ ਰਹੋ, ਕੋਈ ਵੀ ਪਾਣੀ ਵਾਲੀ ਜਗ੍ਹਾ ਦੇ ਨੇੜੇ ਨਾ ਜਾਓ।